ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਰਾਜਪੁਰਾ ਦੇ ਸਰਕਾਰੀ ਏ ਪੀ ਜੈਨ ਹਸਪਤਾਲ ਵਿੱਚ ਮਾਹਰ ਡਾਕਟਰਾਂ ਦੀ ਕਮੀ ਨੂੰ ਵੇਖਦੇ ਹੋਏ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਧਮੋਲੀ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਸਿਵਲ ਹਸਪਤਾਲ ਰਾਜਪੁਰਾ ਦੇ ਮੌਜੂਦਾ ਕਾਰਜਕਾਰੀ SMO SJ ਸਿੰਘ ਨੂੰ ਇੱਕ ਤਾਲਾ ਭੇਂਟ ਕੀਤਾ ਤੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਮੋਲੀ ਨੇ ਦੱਸਿਆ ਕਿ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਬੱਚਿਆਂ, ਹੱਡੀਆਂ ਅਤੇ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰਾਂ ਦੀ ਕਮੀ ਆ ਰਹੀ ਹੈ ਅਤੇ ਸੰਬੰਧਿਤ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਇਸ ਹਸਪਤਾਲ ਨੂੰ ਪਹਿਲੇ ਦਰਜੇ ਦਾ ਸਰਟੀਫਿਕੇਟ ਵੀ ਮਿਲਿਆ ਹੋਇਆ ਅਤੇ ਰੋਜ਼ਾਨਾ ਜ਼ਰੂਰਤਮੰਦ ਅਤੇ ਗਰੀਬ ਇਲਾਕਾ ਵਾਸੀ ਪ੍ਰਾਈਵੇਟ ਤੌਰ ਤੇ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦੇ ਕੋਲ ਆਪਣੀ ਜਮ੍ਹਾਂ ਪੂੰਜੀ ਲੁਟਵਾਉਣ ਲਈ ਮਜਬੂਰ ਹੋ ਰਹੇ ਨੇ। ਉਹਨਾਂ ਕਿਹਾ ਕਿ ਹਸਪਤਾਲ ਦੇ ਡਾਕਟਰ ਹਸਪਤਾਲ ਵਿੱਚ ਮਰੀਜ਼ਾਂ ਨੂੰ ਘੱਟ ਵੇਖਦੇ ਨੇ ਤੇ ਸ਼ਾਮ ਨੂੰ ਆਪਣੇ ਘਰ ਵਿੱਚ ਨਿੱਜੀ ਤੌਰ ਤੇ ਜ਼ਿਆਦਾ ਚੈੱਕਅਪ ਕਰਦੇ ਨੇ। ਮੈਂ ਗੁਰਪ੍ਰੀਤ ਸਿੰਘ ਧਮੋਲੀ, ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਪੰਜਾਬ। ਅੱਜ ਅਸੀਂ ਸਰਕਾਰੀ ਹਸਪਤਾਲ ਰਾਜਪੁਰਾ ਵਿਖੇ, ਇੱਥੇ ਜੋ ਡਾਕਟਰਾਂ ਦੀ ਕਮੀ ਚੱਲ ਰਹੀ ਹੈ ਪਿਛਲੇ ਚਾਰ ਪੰਜ ਮਹੀਨਿਆਂ ਤੋਂ, ਬੱਚਿਆਂ ਦੀਆਂ ਡਾਕਟਰਾਂ ਦੀਆਂ ਦੋ ਅਸਾਮੀਆਂ ਨੇ, ਉਹਨਾਂ 'ਚੋਂ ਇੱਕ ਵੀ ਨਹੀਂ ਹੈਗੀ। ਉਸ ਤੋਂ ਬਾਅਦ ਹੱਡੀਆਂ ਦਾ ਇੱਕ ਡਾਕਟਰ, ਲੇਡੀ ਡਾਕਟਰ, ਦਿਮਾਗ ਦਾ ਡਾਕਟਰ ਅਤੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੂੰ ਲੈ ਕੇ ਅੱਜ ਅਸੀਂ SMO ਸਾਹਿਬ ਨੂੰ ਮਿਲੇ ਹਾਂ ਅਤੇ ਉਹਨਾਂ ਨੂੰ ਅਸੀਂ ਇੱਕ ਤਾਲਾ ਭੇਟ ਕੀਤਾ, ਕਿਉਂਕਿ ਇਹਨਾਂ ਨੇ, ਸਰਕਾਰ ਨੇ, ਪ੍ਰਸ਼ਾਸਨ ਨੇ ਰਾਜਪੁਰੇ ਦੇ ਆਮ ਵਾਸੀਆਂ ਨੂੰ ਪ੍ਰਾਈਵੇਟ ਡਾਕਟਰਾਂ ਤੋਂ ਲੁੱਟਣ ਵਾਸਤੇ ਸਾਨੂੰ ਮਜਬੂਰ ਕਰ ਦਿੱਤਾ, ਕਿਉਂਕਿ ਅੱਜ 4-5 ਮਹੀਨੇ ਹੋ ਗਏ ਸਾਰਾ ਰਾਜਪੁਰਾ ਤਰਾਹ ਤਰਾਹ ਕਰ ਰਿਹਾ, ਬੱਚਿਆਂ ਦਾ ਇੱਕ ਵੀ ਡਾਕਟਰ ਨਹੀਂ ਹੈਗਾ। ਜਦਕਿ ਸਾਨੂੰ ਬਾਹਰ 200-200 ਰੁਪਏ, 500-500 ਰੁਪਏ ਬੱਚਿਆਂ ਦੀ ਡਾਕਟਰਾਂ ਦੀਆਂ ਫੀਸਾਂ ਦੇ ਕੇ, ਟੈਸਟ, ਦਵਾਈਆਂ, ਜੇ ਬੱਚਾ ਘਰ 'ਚ ਬਿਮਾਰ ਹੋ ਜਾਵੇ ਸਾਰੇ ਮਹੀਨੇ ਦਾ ਬਜਟ ਹਿੱਲ ਜਾਂਦਾ ਆਮ ਗਰੀਬ ਲੋਕਾਂ ਦਾ। ਤਾਂ ਅੱਗੇ ਹੀ ਇਸ ਟਾਈਮ ਮਹਿੰਗਾਈ ਦੇ ਦੌਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਅਤੇ ਅੱਜ ਇੱਥੇ ਸਰਕਾਰੀ ਹਸਪਤਾਲ 'ਚ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਅਤੇ ਜਿਹੜੀਆਂ ਦਵਾਈਆਂ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਨੇ ਉਹ ਵੀ ਬਾਏ ਨੇਮ ਲਿਖੀਆਂ ਜਾਂਦੀਆਂ ਕੰਪਨੀ ਦਾ ਨਾਮ ਪਾ ਕੇ, ਜਦਕਿ ਦਵਾਈ ਦਾ ਮਤਲਬ ਕਿ ਜੋ ਮੈਥਡ ਆ ਉਹ ਨਹੀਂ ਲਿਖਿਆ ਜਾਂਦਾ, ਸਾਲਟ ਨਹੀਂ ਲਿਖਿਆ ਜਾਂਦਾ ਅਤੇ ਉਹ ਦਵਾਈਆਂ ਜਿਹੜੀਆਂ ਨੇ ਬਾਜ਼ਾਰ 'ਚ 4-5 ਗੁਣਾ ਮਹਿੰਗੀਆਂ ਵੇਚੀਆਂ ਜਾ ਰਹੀਆਂ ਅਤੇ ਉਹ ਕੰਪਨੀ ਆਪਣੀ ਮਨਮਰਜ਼ੀ ਦਾ ਰੇਟ ਵਸੂਲ ਕਰ ਰਹੀਆਂ ਅਤੇ ਲੋਕਾਂ ਨੂੰ ਪੂਰੀ ਤਰ੍ਹਾਂ ਲੁੱਟਣ ਵਾਸਤੇ ਛੱਡ ਦਿੱਤਾ ਗਿਆ ਹੈ ਪ੍ਰਾਈਵੇਟ ਕੰਪਨੀਆਂ ਕੋਲ ਅਤੇ ਪ੍ਰਾਈਵੇਟ ਡਾਕਟਰਾਂ ਕੋਲ। ਅਤੇ ਜਦਕਿ ਸਰਕਾਰ ਇੰਨਾ ਚੰਦਾ ਇਕੱਠਾ ਕਰਦੀ ਹੈ, ਇੰਨੇ ਫੰਡ ਲੈਂਦੀ ਹੈ GST ਤੋਂ, ਹੋਰ ਸਾਡੇ ਇਨਕਮ ਟੈਕਸ ਦਿੰਦੇ ਹਾਂ ਜੀ ਸਾਰੇ, ਤਾਂ ਫਿਰ ਸਾਨੂੰ ਸੁਵਿਧਾਵਾਂ ਦੇ ਨਾਮ 'ਤੇ ਸਭ ਤੋਂ ਬੱਚਿਆਂ ਦੀ ਸਭ ਤੋਂ ਮੇਨ ਜਿਹੜੀ ਪ੍ਰੋਬਲਮ ਹੈ ਰਾਜਪੁਰੇ ਦੇ ਵਿੱਚ ਬੱਚਿਆਂ ਦੇ ਡਾਕਟਰ ਦੀ। ਹਾਂਜੀ, ਉਹ ਕਹਿ ਰਹੇ ਜੀ ਅਸੀਂ ਦਵਾਈਆਂ ਇੱਕ ਤਾਂ ਉਪਲਬਧ ਨਹੀਂ ਹੈਗੀਆਂ ਅਤੇ ਜਿਹੜੀਆਂ ਬਾਹਰ ਦੀਆਂ ਵੀ ਲਿਖਦੇ ਨੇ ਉਹ ਵੀ ਸਾਲਟ ਨਹੀਂ ਲਿਖਦੇ, ਉਹ ਵੀ ਕਹਿੰਦੇ ਨੇ ਕੰਪਨੀਆਂ ਨਾਮ ਲਿਖਦੇ ਨੇ ਜਿਹੜੀਆਂ ਕਿ 5-10-12 ਗੁਣਾ ਮਹਿੰਗੀਆਂ ਦਵਾਈਆਂ ਨੇ। ਜੇਕਰ 12-15 ਤਰੀਕ ਤੱਕ ਇਹ ਡਾਕਟਰ ਨਾ ਆਏ ਅਤੇ ਦਵਾਈਆਂ ਦੀ ਜਿਹੜੀ ਉਰੇ ਪਹੁੰਚ ਹੈ ਨਾ ਸੁਧਰੀ, ਤਾਂ ਅਸੀਂ 15 ਤਰੀਕ ਤੋਂ ਭੁੱਖ ਹੜਤਾਲ, ਉਸ ਤੋਂ ਬਾਅਦ ਮਰਨ ਵਰਤ ਸ਼ੁਰੂ ਕਰਨ ਜਾ ਰਹੇ। ਇੱਕ ਜੀ, ਜਿਹੜੇ ਇੱਥੇ ਡਾਕਟਰ ਕਈ ਨਿੱਜੀ ਤੌਰ 'ਤੇ ਵੀ ਬਾਹਰ ਪ੍ਰੈਕਟਿਸ ਕਰਦੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਬਿਲਕੁਲ ਜੀ, ਨਿੱਜੀ ਤੌਰ 'ਤੇ ਪ੍ਰੈਕਟਿਸ ਕਰ ਰਹੇ ਹੈ, ਇੱਥੇ ਬੈਠਦੇ ਨਹੀਂ। ਜਦੋਂ ਡਾਕਟਰ ਇੱਥੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ, ਜਦੋਂ ਰੋਲਾ ਰੱਪਾ ਪੈਂਦਾ ਤਾਂ ਡਾਕਟਰ ਆਪਣੀ ਸੀਟ 'ਤੇ ਬੈਠਦਾ, ਨਹੀਂ ਤਾਂ ਕਦੇ ਇਹ ਮੀਟਿੰਗਾਂ 'ਚ ਕਦੇ ਇੱਧਰ ਉੱਧਰ ਗੱਪਾਂ ਗੁੱਪਾਂ ਮਾਰੀ ਜਾਂਦੇ ਨੇ ਅਤੇ ਮਰੀਜ਼ਾਂ ਕਿੰਨੀ ਉਹਨਾਂ ਦਾ ਕੋਈ ਧਿਆਨ ਨਹੀਂ ਦਿੰਦਾ। ਸ਼ਾਮ ਨੂੰ ਜਾ ਕੇ ਇਹ ਪ੍ਰਾਈਵੇਟ ਤੌਰ 'ਤੇ ਦੇਖਦੇ ਨੇ, ਉੱਥੇ 1 ਮਿੰਟ 'ਚ ਪਹੁੰਚ ਕਰਦੇ ਨੇ, ਸਰਕਾਰੀ ਹਸਪਤਾਲ 'ਚ ਆ ਕੇ ਟਲੀ ਜਾਂਦੇ ਨੇ, ਬਹੁਤ ਟਾਲ ਮਟੋਲ ਕਰਦੇ ਨੇ ਆਪਣੇ ਕੰਮ ਪ੍ਰਤੀ, ਅਣਗਹਿਲੀ ਵਰਤਦੇ ਨੇ, ਦਵਾਈਆਂ ਦਾ ਕੋਈ ਸਿਸਟਮ ਨਹੀਂ, ਹਰ ਪਾਸੇ ਨੂੰ ਇਹ ਲੁੱਟ ਕਰ ਰਹੇ। ਇਹਦਾ ਸਿਰਫ ਉਰੇ ਜ਼ਿਆਦਾਤਰ ਤਾਂ ਸਿਰਫ ਲੜਾਈ ਝਗੜੇ ਵਾਲੇ ਕੇਸ ਹੀ ਫਟਦੇ ਨੇ ਜਿੱਥੋਂ ਇਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਡਾਕਟਰਾਂ ਨੂੰ। ਹੋਰ ਤਾਂ ਇਹਨਾਂ ਕੋਲ ਇੱਥੇ ਕੋਈ ਮਰੀਜ਼ ਵਿਚਾਰਾ, ਜੇ ਕੋਈ ਐਕਸੀਡੈਂਟ ਹੋ ਜਾਵੇ ਇਹਨਾਂ ਕੋਲ ਕੋਈ ਡਾਕਟਰ ਨਹੀਂ, ਸਰਜਨ ਨਹੀਂ ਹੈਗਾ ਮੇਨ ਤੌਰ 'ਤੇ, ਇੱਥੇ ਸਰਜਨ ਵੀ ਕੋਈ ਨਹੀਂ ਹੈਗਾ, ਕਿ ਹਰ ਤਰ੍ਹਾਂ ਦਾ ਬੇੜਾ ਗਰਕ ਹੋਇਆ ਵਾ ਇਸ ਵਾਸਤੇ। ਜੇਕਰ 15 ਤਰੀਕ ਤੱਕ ਡਾਕਟਰ ਨਾ ਆਇਆ
ਤਾਂ ਅਸੀਂ ਉਸ ਤੋਂ ਬਾਅਦ ਭੁੱਖ ਹੜਤਾਲ ਸੰਕੇਤਕ ਤੌਰ ਤੇ ਪਹਿਲਾਂ ਭੁੱਖ ਹੜਤਾਲ ਕਰਾਂਗੇ, ਉਸ ਤੋਂ ਬਾਅਦ ਮੰਨ ਵਰਤ। ਇਸ ਮਾਮਲੇ ਬਾਰੇ ਜਦੋਂ ਹਸਪਤਾਲ ਦੇ SMO ਡਾਕਟਰ SJ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਡਾਕਟਰਾਂ ਦੀ ਰਿਟਾਇਰਮੈਂਟ ਅਤੇ ਕੁਝ ਡਾਕਟਰਾਂ ਦੀ ਬਦਲੀ ਹੋ ਜਾਣ ਕਾਰਨ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਆਈ ਹੈ। ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਹਸਪਤਾਲ ਵਿੱਚ ਬੱਚਿਆਂ ਦੇ ਮਾਹਰ ਅਤੇ ਹੱਡੀਆਂ ਦੇ ਮਾਹਰ ਡਾਕਟਰਾਂ ਦੀ ਕਮੀ ਹੈ ਤੇ ਛੇਤੀ ਹੀ ਦੂਰ ਕਰ ਲਈ ਜਾਏਗੀ। ਅੱਜ ਮੈਂ ਬ੍ਰੈਂਡਰ ਦਿੱਤਾ ਇਸ ਸੰਬੰਧ ਚ ਦਿੱਤਾ ਕਿ ਸਾਡੇ ਕੋਲ ਬੱਚਿਆਂ ਨੂੰ ਚੈੱਕ ਕਰਨ ਵਾਸਤੇ ਇਹੋ ਜਿਹੇ ਸਮੇਂ ਤੇ ਜਦੋਂ ਕਿ ਬੱਚਿਆਂ ਦੇ ਡਾਕਟਰ ਦੀ ਬਹੁਤ ਜ਼ਰੂਰਤ ਹੈ, ਸਾਡੇ ਕੋਲ ਕੋਈ ਵੀ ਮੈਡੀਕਲ ਅਫਸਰ ਜਾਂ ਅਧਿਕਾਰੀ ਬੱਚਿਆਂ ਨੂੰ ਚੈੱਕ ਕਰਨ ਵਾਲਾ ਨਹੀਂ ਹੈ। ਉਹਨਾਂ ਦੇ ਮੈਂਬਰੰਡਰ ਦੇ ਉੱਪਰ ਮੈਂ ਪੂਰੀ ਤਰ੍ਹਾਂ ਗੌਰ ਫਰਮਾਇਆ ਔਰ ਇਹੀ ਚੀਜ਼ ਮੈਂ ਪੇਰੈਂਟਸ ਐਸੋਸੀਏਸ਼ਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਮੈਂਬਰੰਡਰ ਮੈਂ ਉੱਪਰ ਭੇਜ ਦਾਂਗਾ। ਅਸੀਂ ਪਹਿਲਾਂ ਵੀ ਆਪਣੇ ਸਰਕਾਰੀ ਪੱਧਰ ਦੇ ਉੱਪਰ ਹਾਇਰ ਅਥਾਰਟੀਜ਼ ਨੂੰ ਇਹਨਾਂ ਦੀ ਜਿਹੜੀ ਬੱਚਿਆਂ ਦੇ ਡਾਕਟਰ ਦੀ ਮੰਗ ਵਾਸਤੇ ਕਹਿ ਚੁੱਕੇ ਹਾਂ। ਪੋਲੀਟੀਕਲੀ ਵੀ ਉਹਨਾਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ। ਜਦੋਂ ਵੀ ਕੋਈ ਡਾਕਟਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਏਗਾ ਉਹ ਇਸ ਸੰਸਥਾ ਦੇ ਉੱਪਰ ਅਪੁਆਇੰਟ ਹੋਵੇਗਾ। ਕਿੰਨੀ ਕਮੀ ਹੈ ਡਾਕਟਰਾਂ ਦੀ ਇੱਥੇ, ਕਿਹੜੇ ਕਿਹੜੇ ਡਾਕਟਰ ਸਾਡੇ ਕੋਲ? ਵੈਸੇ ਤਾਂ ਜੀ ਇਸ ਵੇਲੇ ਜਿਹੜਾ ਸਿੱਧੇ ਤੌਰ 'ਤੇ ਨਹੀਂ ਹੈ ਉਹ ਤਾਂ ਇੱਕ ਬੱਚਿਆਂ ਦਾ ਡਾਕਟਰ ਨਹੀਂ ਹੈ, ਸਾਡੇ ਕੋਲ ਸਾਈਕੇਟ੍ਰਿਸਟ ਵੀ ਨਹੀਂ ਹੈ, ਦਿਮਾਗੀ ਰੋਗਾਂ ਦਾ ਡਾਕਟਰ ਨਹੀਂ ਹੈ। ਇੱਕ ਗਾਇਨੀਕੋਲੋਜਿਸਟ ਦੀ ਜ਼ਰੂਰਤ ਹੈ, ਇੱਕ ਔਰਥੋਪੈਡਿਕ ਸਰਜਨ ਦੀ ਜ਼ਰੂਰਤ ਹੈ ਔਰ ਜਨਰਲ ਸਰਜਨ ਵੀ ਇਸ ਵੇਲੇ ਸਾਡੇ ਕੋਲ ਨਹੀਂ ਹੈ, ਬਾਕੀ ਡਾਕਟਰ ਹੈਗੇ। ਸਰ ਕੀ ਰੀਜ਼ਨ ਰਿਹਾ ਜੀ ਇੱਕ ਮਹੀਨੇ ਜੀ ਇੰਨੇ ਡਾਕਟਰ ਇੱਥੋਂ? ਇੱਕ ਮਹੀਨੇ 'ਚ ਨਹੀਂ ਆ ਜੀ, ਪਿਛਲੇ 6-7 ਮਹੀਨੇ ਤੋਂ ਕੁਦਰਤੀ ਕੁਛ ਡਾਕਟਰ ਰਿਟਾਇਰ ਹੋ ਗਏ ਤੇ ਕੁਝ ਡਾਕਟਰਸ ਦੀ ਬਦਲੀ ਹੋ ਗਈ। ਇੱਕ ਸਰ ਸਟੇਟ ਵਾਰਡ ਵੀ ਮਿਲਿਆ ਇਸ ਹਸਪੀਟਲ ਨੂੰ ਨੰਬਰ 1 ਦੇ, ਉਹ ਫਿਰ ਸਰ ਡਾਕਟਰ ਤਾਂ ਇੱਥੇ ਹੈ ਨਹੀਂ, ਉਹ ਕਿਸ ਚੀਜ਼ ਦਾ ਸਟੇਟ ਵਾਰਡ ਮਿਲਿਆ? ਉਹ ਜਿਹੜਾ ਸਟੇਟ ਦੀ ਸੈਂਟਰਲ ਪੱਧਰ 'ਤੇ ਵੀ ਵਾਰਡ ਮਿਲਿਆ ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਮਰੀਜ਼ਾਂ ਨੂੰ ਬਹੁਤ ਵਧੀਆ ਸਿਹਤ ਸੇਵਾਵਾਂ ਉਪਲਬਧ ਕਰਾ ਰਹੇ ਹਾਂ ਜਿਹਦੇ ਵਿੱਚ ਇਕੱਲੇ ਡਾਕਟਰ ਦਾ ਹੋਣਾ ਨਾ ਹੋਣਾ ਨਹੀਂ ਹੁੰਦਾ, ਜਿਹਦੇ ਵਿੱਚ ਪੂਰੇ ਹਸਪਤਾਲ ਦੀ ਸਫਾਈ, ਉਹਦੇ ਉਸ ਹਸਪਤਾਲ ਦੇ ਵਿੱਚ ਚੱਲ ਰਹੇ ਸਿਸਟਮਸ, ਉਹਨਾਂ ਨੂੰ ਮੌਕੇ ਦੇ ਉੱਪਰ ਅਟੈਂਡ ਕਰਨ ਵਾਸਤੇ ਯੋਗ ਡਾਕਟਰਾਂ ਦੀ ਉਪਲਬਧਤਾ ਹੋਣਾ ਅਤੇ ਮਰੀਜ਼ਾਂ ਨੂੰ ਲੈਬ ਫੈਸਿਲਿਟੀਜ਼, ਐਕਸਰੇ ਫੈਸਿਲਿਟੀਜ਼ ਜੋ ਜੋ ਸਾਡੇ ਕੋਲ ਹੈ ਉਹ ਸਾਰੀਆਂ ਆਪਣੇ ਪੱਧਰ 'ਤੇ ਦੇਣਾ, ਪਰ ਇਹ ਸਾਰਾ ਕੁਛ ਸਰਕਾਰੀ ਅਦਾਰੇ ਦੇ ਤੌਰ 'ਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਦਿੱਤਾ ਜਾਂਦਾ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।